ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਚੋਣਵੀਆਂ ਖਬਰਾਂ ਦਾ ਵਿਸ਼ੇਸ਼ ਬੁਲੇਟਿਨ ਲੈ ਕੇ ਹਾਜ਼ਰ ਹਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਨਿੱਕੀ ਅਤੇ ਵੱਡੀ ਖਬਰ ਮਿਸ ਨਾ ਹੋਵੇ ਸ਼ੁਰੂਆਤ ਕਰਦੇ ਹਾਂ ਆਪ ਨੇ ਪੰਜਾਬ ਪਰ ਵਿੱਚ ਕਿਸਾਨਾਂ ਦੇ ਹੱਕ ਵਿੱਚ ਉਲੀਕੇ ਪ੍ਰੋਗਰਾਮਾਂ ਦਾ ਕੀਤਾ ਐਲਾਨ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਪੰਜਾਬ ਦੇ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਤਾਨਾਸ਼ਾ ਸਰਕਾਰਾਂ ਖਿਲਾਫ ਲੜੀ ਜਾ ਰਹੀ ਲੜਾਈ ਵਿੱਚ ਜਿੱਤ ਹਾਸਲ ਕਰਵਾਉਣ ਲਈ ਆਪ ਦਾ ਆਉਣ ਵਾਲੇ ਸਮੇਂ ਵਿੱਚ ਪੰਜਾਬ ਭਰ ਚ ਉਲੂਕੇ ਪ੍ਰੋਗਰਾਮਾਂ ਦਾ ਐਲਾਨ ਕਰ ਦਿੱਤਾ ਪਾਰਟੀ ਹੈੱਡਕੁਆਰਟਰ ਤੋਂ ਜਾਰੀ ਬਿਆਨ ਰਾਹੀਂ ਹਰਚੰਦ ਸਿੰਘ ਬਰਸਟ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਅਤੇ ਸਮੂਹ ਵਲੰਟੀਅਰਾਂ ਤੇ ਆਦੇਦਾਰਾਂ ਨੂੰ ਲੈ ਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵਿਸ਼ਾਲ ਰੈਲੀਆਂ ਦਾ ਆਯੋਜਨ ਕੀਤਾ ਜਾਵੇਗਾ। ਉੱਥੇ ਹੀ ਪੰਜਾਬ ਭਰ ਦੇ ਪਿੰਡਾਂ ਦੀ ਗ੍ਰਾਮ ਸਭਾ ਦੇ ਵਿੱਚ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਦੇ ਖਿਲਾਫ ਅਤੇ ਦੇਸ਼ ਦੇ ਅੰਨਦਾਤੇ ਨੂੰ ਬਚਾਉਣ ਦੇ ਲਈ ਸਰਬਸੰਮਤੀ ਦੇ ਨਾਲ ਮਤੇ ਪਾਸ ਕੀਤੇ ਜਾਣਗੇ। ਪੰਜਾਬ ਵਿੱਚ ਪਰਾਲੀ ਨਾਲ 11 ਪਲਾਂਟ ਬਣਾ ਰਹੇ ਹਨ 97 ਮੈਗਾਵਾਟ ਬਿਜਲੀ ਸੰਭਾਵਨਾ 3500 ਮੈਗਾਵਾਟ ਬਿਜਲੀ ਦੀ। ਪੰਜਾਬ ਦੇ ਵਿੱਚ ਝੋਨੇ ਦੀ ਵਾਢੀ ਸ਼ੁਰੂ ਹੋ ਗਈ ਆ ਤੇ ਕਿਤੇ ਕਿਤੇ ਪਰਾਲੀ ਸਾੜਨ ਦੀਆਂ ਘਟਨਾਵਾਂ ਵੀ ਸ਼ੁਰੂ ਹੋ ਗਈਆਂ ਹਨ ਹਰ ਸੀਜ਼ਨ ਦੇ ਵਿੱਚ 1 ਲੱਖ 1 185 ਲੱਖ ਟਨ ਨਿਕਲਣ ਵਾਲੀ ਪਰਾਲੀ ਨੂੰ ਸੰਭਾਲਣਾ ਇੱਕ ਸਮੱਸਿਆ ਹੈ ਤਾਂ ਇਸ ਨੂੰ ਸੰਭਾਲਣ ਪਿੱਛੇ ਕਈ ਸਾਲਾਂ ਤੋਂ ਯਤਨ ਕੀਤੇ ਜਾ ਰਹੇ ਹਨ ਇਹਨਾਂ ਵਿੱਚ ਇੱਕ ਵੱਡਾ ਯਤਨ ਬਿਜਲੀ ਨਾਲ ਪਰਾਲੀ ਪੈਦਾ ਕਰਨ ਲਈ 11 ਪਲਾਂਟ ਜ਼ਰੂਰ ਲਾਏ ਗਏ ਹਨ ਜਿੱਥੇ 99.5 ਮੈਗਾਵਾਟ ਬਿਜਲੀ ਪੈਦਾ ਹੋ ਰਹੀ ਆ ਪਰ ਇਸ ਖੇਤਰ ਚ ਪ੍ਰਾਲੀ ਨੂੰ ਸੰਭਾਲਣ ਦੇ ਲਈ ਜਿੰਨਾ ਨਿਵੇਸ਼ ਹੋਣਾ ਚਾਹੀਦਾ ਉਹਨਾ ਹੋ ਨਹੀਂ ਰਿਹਾ ਦਰਅਸਲ ਪ੍ਰਾਲੀ ਤੋਂ ਪੈਦਾ ਹੋਣ ਵਾਲੀ ਬਿਜਲੀ ਨੂੰ 7 ਰੁਪਏ ਤੋਂ 8.5 ਰੁਪਏ ਪ੍ਰਤੀ ਜੂਨਟ ਪੈਂਦੀ ਹੈ ਤੇ ਇਹ ਪਲਾਟ ਦੀ ਸਮਰੱਥਾ ਤੇ ਨਿਰਪਰ ਕਰਦਾ ਹੈ ਇੰਨੇ ਭਾਅ ਤੇ ਪਾਵਰਕਾਮ ਨੇ ਬਿਜਲੀ ਖਰੀਦਣ ਤੋਂ ਨਾ ਨੁਕਰ ਕਰਨੀ ਸ਼ੁਰੂ ਕਰ ਦਿੱਤੀ ਹੈ ਜਿਸ ਕਾਰਨ ਇਸ ਖੇਤਰ ਦੇ ਵਿੱਚ ਨਿਵੇਸ਼ ਨਹੀਂ ਹੋ ਰਿਹਾ ਤੇ ਮੁਕਤਸਰ ਦੇ ਵਿੱਚ 6 ਮੈਗਾਵਾਟ ਮਾਲਵਾ ਪਾਵਰ ਪ੍ਰੋਜੈਕਟ ਲਾਉਣ ਵਾਲੀ ਬੀਐਸ ਜਾੰਗੜ ਨੇ ਇਸ ਤੇ ਸਵਾਲ ਕਰਦੇ ਹੋਏ ਕਹਿੰਦੇ ਹਨ ਕਿ ਇਹ ਅਜਿਹਾ ਖੇਤਰ ਹੈ ਜਿੱਥੇ ਕਿਸਾਨ ਆਪਣੀ ਪਰਾਲੀ ਨੂੰ ਸੰਭਾਲ ਪਾਉਂਦੇ ਹਨ ਉੱਥੇ ਹੀ ਰੂਲਰ ਸੈਕਟਰ ਚ ਰੁਜ਼ਗਾਰ ਦੀਆਂ ਕਾਫੀ ਸੰਭਨਾਵਾਂ ਵੀ ਪੈਦਾ ਹੋ ਸਕਦੀਆਂ ਹਨ ਤੇ ਇੱਕ ਨੌਜਵਾਨ ਜੋ ਕਿ ਬੈਲਰ ਲੈ ਕੇ ਪਰਾਲੀ ਨੂੰ ਇਕੱਠਾ ਕਰਦੇ ਹਨ ਸਾਲਾਨਾ 6 ਤੋਂ 7 ਲੱਖ ਰੁਪਏ ਕਮਾ ਲੈਂਦੇ ਹਨ ਤੇ ਇਸ ਚੋਂ 2 ਲੱਖ ਰੁਪਏ ਖਰਚਾ ਵੀ ਕੱਢ ਲਿਆ ਜਾਵੇ ਤਾਂ ਪੰਜਾਇ ਜਿਹੜੀ ਕਮਾਈ ਆ ਉਹ 5 ਲੱਖ ਰੁਪਏ ਤੱਕ ਹੋ ਜਾਂਦੀ ਹੈ ਪਿਛਲੇ 24 ਘੰਟਿਆਂ ਦੇ ਵਿੱਚ 61 ਹੋਰ ਲੋਕਾਂ ਦੀ ਮੌਤ 1106 ਨਵੇਂ ਕਰੋਨਾ ਕੇਸ ਆਏ ਸਾਹਮਣੇ ਪੰਜਾਬ ਵਿੱਚ ਵਾਇਰਸ ਦੇ ਕਾਰਨ ਪਿਛਲੇ 24 ਘੰਟਿਆਂ ਚ 61 ਲੋਕਾਂ ਦੀ ਮੌਤ ਹੋ ਗਈ 1106 ਨਵੇਂ ਕਰੋਨਾ ਕੇਸ ਸਾਹਮਣੇ ਆਏ ਹਨ ਸਭ ਤੋਂ ਵੱਧ 130 ਕੇਸ ਲੁਧਿਆਣਾ ਤੋਂ ਸਾਹਮਣੇ ਆਏ ਹਨ ਸ਼ਨੀਵਾਰ ਨੂੰ ਸੂਬੇ ਦੇ ਅੰਦਰ 25313 ਸੈਂਪਲ ਜਿਹੜੇ ਲਏ ਗਏ ਜਿਨ੍ਹਾਂ ਵਿੱਚੋਂ 1106 ਟੈਸਟ ਪੋਜ਼ਿਟਿਵ ਪਾਏ ਗਏ ਹਨ ਲੁਧਿਆਣਾ ਦੇ ਵਿੱਚ ਸਭ ਤੋਂ ਵੱਧ 130 ਪੋਜ਼ੀਟਿਵ ਕੇਸ ਮਿਲੇ ਹਨ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਹੈ ਜੀ ਸਿੱਧੂ ਦੀਆਂ ਸ਼ਰਤਾਂ ਨਾਲ ਸਹਿਮਤ ਨਹੀਂ ਮੁੱਖ ਮੰਤਰੀ ਅਮਰਿੰਦਰ ਸਿੰਘ ਇਸ ਵੇਲੇ ਦੀ ਵੱਡੀ ਖਬਰ ਖਬਰ ਵੱਲ ਰੁੱਖ ਕਰਨ ਤੋਂ ਪਹਿਲਾਂ ਨਿੱਕੀ ਜੀ ਬੇਨਤੀ ਆ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਦੋਸਤੋ ਤੁਹਾਡਾ ਇੱਕ ਇੱਕ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਹੀ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਦੌਰਾਨ ਭਾਵੇਂ ਨਵਜੋਤ ਸਿੱਧੂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਇਕੱਠਾ ਸਾਹਮਣੇ ਆਉਣ ਦੀ ਸੰਭਾਵਨਾ ਹੈ ਪਰ ਸਿੱਧੂ ਦੀਆਂ ਸ਼ਰਤਾਂ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਹਿਮਤ ਨਹੀਂ ਦੱਸੇ ਜਾ ਰਹੇ ਮੁੱਖ ਮੰਤਰੀ ਦੇ ਨੇੜਲੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕਾਂਗਰਸ ਦੇ ਜਨਰਲ ਸਕੱਤਰ ਹਰੀਸ਼ ਰਾਵਤ ਵੱਲੋਂ ਸਿੱਧੂ ਨਾਲ ਮੁਲਾਕਾਤ ਤਾਂ ਕੀਤੀ ਗਈ ਪਰ ਮੁੱਖ ਮੰਤਰੀ ਨਾਲ ਸਿੱਧੂ ਦੇ ਰਿਸ਼ਤਿਆਂ ਦੀ ਕੜਵਾਹਤ ਨੂੰ ਖਤਮ ਕਰਨ ਲਈ ਵਿੱਚ ਸਭ ਤੋਂ ਵੱਡੀ ਗੱਲ ਪੰਜਾਬ ਕਾਂਗਰਸ ਕਮੇਟੀ ਦਾ ਪ੍ਰਧਾਨ ਅਹੁਦਾ ਤੇ ਸਥਾਨਕ ਸਰਕਾਰਾਂ ਵਿਭਾਗ ਦੱਸਿਆ ਜਾ ਰਿਹਾ ਹੈ ਸੂਤਰਾਂ ਦੇ ਹਵਾਲੇ ਨਾਲ ਮੰਨਿਆ ਜਾ ਰਿਹਾ ਹੈ ਕਿ ਕੈਪਟਨ ਸੁਨੀਲ ਜਾਖੜ ਨੂੰ ਹਟਾ ਕੇ ਸਿੱਧੂ ਨੂੰ ਪੰਜਾਬ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਉਣ ਦੇ ਹੱਕ ਵਿੱਚ ਨਹੀਂ ਹਨ ਜਦੋਂ ਦਲਤ ਭਰਾ ਮਰ ਰਹੇ ਸੰਨ ਤਾਂ ਪੱਪੂ ਆਇਆ ਨਾ ਪਿੰਕੀ ਪੰਜਾਬ ਆਈ ਤਰुण ਚੁਗ ਗਈ ਇਸ ਵੇਲੇ ਦੀ ਵੱਡੀ ਖਬਰ ਹੈ ਜੀ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰਨ ਚੋਗ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਹੈ ਕਿ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਕੈਪਟਨ ਸਾਹਿਬ 6-7 ਮਹੀਨਿਆਂ ਤੋਂ ਸਟਾਰ ਫਾਰਮ ਹਾਊਸ ਤੋਂ ਬਾਹਰ ਨਹੀਂ ਆਏ ਜ਼ਹਿਰੀਲੀ ਸ਼ਰਾਬ ਦੇ ਕਾਰਨ ਸੈਂਕੜੇ ਲੋਕ ਮਰ ਗਏ ਪਰ ਕੈਪਟਨ ਸਾਹਿਬ ਨੇ ਕੁਝ ਨਹੀਂ ਕੀਤਾ ਜਦੋਂ ਦਲਤਪਰਾ ਮਰ ਰਹੇ ਸਨ ਉਸ ਵੇਲੇ ਤਾਂ ਪੱਪੂ ਪੰਜਾਬ ਨਹੀਂ ਆਇਆ ਤੇ ਨਾ ਹੀ ਪਿੰਕੀ ਆਈ ਅੱਜ ਰਾਹੁਲ ਗਾਂਧੀ ਪੱਪੂ ਜੀ ਪੰਜਾਬ ਚ ਕੁੜਿਆਲੀ ਅਥੂ ਵਧਾਉਣ ਦੇ ਲਈ ਝੂਠ ਬੋਲਣ ਅਤੇ ਕਿਸਾਨਾਂ ਦੇ ਸਿਆਸਤ ਕਰਨ ਦੇ ਲਈ ਆ ਰਹੇ ਹਨ ਚੁਗਨੇ ਕਿਹਾ ਕਿ ਕੈਪਟਨ ਸਾਹਿਬ ਨੇ 90000 ਕਰੋੜ ਰੁਪਏ ਦਾ ਕਿਸਾਨੀ ਕਰਜ਼ਾ ਮੁਆਫ ਕਰਨ ਦਾ ਵਾਅਦਾ ਆਪਣੇ ਮੈਨੀਫੈਸਟੋ ਵਿੱਚ ਕੀਤਾ ਸੀ ਉਸ ਵਾਅਦੇ ਤੋਂ ਬਾਅਦ ਸੈਂਕੜੇ ਕਿਸਾਨ ਆਤਮ ਹੱਤਿਆ ਕਰ ਚੁੱਕੇ ਹਨ ਤੇ ਪਰ ਕਿਸਾਨੀ ਕਰਜ਼ਾ ਮੁਕਤ ਅਤੇ ਮੁਆਫ ਨਹੀਂ ਕੀਤਾ ਗਿਆ ਸੋ ਦੋਸਤੋ ਜੇਕਰ ਚਾਹੁੰਦੇ ਹੋ ਕਿ ਕੈਪਟਨ ਸਰਕਾਰ ਕਿਸਾਨ ਵੀਰਾਂ ਦਾ ਸਾਰਾ ਕਰਜ਼ਾ ਮਾਫ ਕਰ ਦਵੇ ਤਾਂ ਕਮੈਂਟ ਸੈਕਸ਼ਨ ਦੇ ਵਿੱਚ Yes ਜ਼ਰੂਰ ਲਿਖੋ ਰਾਹੁਲ ਦੇ ਰੂਟ ਦੇ ਵਿੱਚ ਸ਼ਾਮਲ ਨਹੀਂ ਦੁਆਬਾ ਮਾਝਾ ਅਕਾਲੀ ਦਲ ਤੇ ਆਪ ਦੇ ਗੜ ਰਹਿਗਾ ਫੋਕਸ ਰਾਹੁਲ ਗਾਂਧੀ ਦੇ 2 ਦਿਨ ਪੰਜਾਬ ਦੌਰੇ ਨੂੰ ਚਾਹੇ ਕੇਂਦਰ ਸਰਕਾਰ ਦੇ ਵੱਲੋਂ ਪਾਸ ਕੀਤੇ ਖੇਤੀ ਬੁੱਲਾਂ ਦੇ ਵਿਰੋਧ ਵਿੱਚ ਨਾਮ ਦਿੱਤਾ ਗਿਆ ਪਰ ਇਸ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਦੀ ਤਿਆਰੀ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਸਭ ਤੋਂ ਅਹਿਮ ਪਹਿਲੂ ਇਸ ਦੌਰੇ ਨੂੰ ਪੰਜਾਬ ਕਾਂਗਰਸ ਵਿੱਚੋਂ ਫਾਈਨਲ ਕੀਤਾ ਗਿਆ ਰੂਟ ਹੈ ਜਿਸ ਵਿੱਚ ਟਰੈਕਟਰ ਰੈਲੀ ਕਾਡਨ ਅਤੇ ਦੁਆਬਾ ਮਾਝਾ ਦਾ ਇਲਾਕਾ ਵੀ ਸ਼ਾਮਲ ਨਹੀਂ ਕੀਤਾ ਗਿਆ ਜਦੋਂ ਕਿ ਸਾਰਾ ਫੋਕਸ ਮਾਲਵੇ ਦੇ ਅਧੀਨ ਆਉਂਦੇ ਇਲਾਕੇ ਵਿੱਚ ਹੀ ਰੱਖਿਆ ਗਿਆ ਜਿਸ ਦੇ ਸਿਆਸੀ ਅਰਥ ਕੱਢੇ ਜਾ ਰਹੇ ਹਨ ਕਿਉਂਕਿ ਮਾਲਵੇ ਨੂੰ ਅਕਾਲੀ ਦਲ ਦਾ ਗੜ ਮੰਨਿਆ ਜਾਂਦਾ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਇੱਥੇ ਸਨ ਲਾਉਣ ਦੇ ਵਿੱਚ ਕਾਮਯਾਬ ਹੋਈ ਸੀ ਤੇ ਹੁਣ ਖੇਤੀ ਬਿੱਲਾਂ ਦੇ ਮੁੱਦੇ ਤੇ ਵੀ ਐਨਡੀਏ ਤੋਂ ਬਾਹਰ ਆਉਣ ਦੇ ਬਾਵਜੂਦ किसानਾਂ ਵਿੱਚ ਅਕਾਲੀ ਦਲ ਦੀ ਸਥਿਤੀ ਕਮਜ਼ੋਰ ਹੈ ਤੇ ਮਾਲਵੇ ਦੇ ਸ਼ਹਿਰੀ ਖੇਤਰਾ ਵਿੱਚ ਭਾਜਪਾ ਦਾ ਸਾਥ ਛੱਡਣ ਦਾ ਨੁਕਸਾਨ ਹੋਣਾ ਵੀ ਤਹਿਤ ਇਸ ਤਰ੍ਹਾਂ ਆਮ ਆਦਮੀ ਪਾਰਟੀ ਦਾ ਕੇਡਰ ਵੀ ਮਾਲਵਾ ਦੇ ਇਲਾਕਿਆਂ ਵਿੱਚ ਪਹਿਲਾਂ ਜਿੰਨਾ ਮਜ਼ਬੂਤ ਨਹੀਂ ਰਿਹਾ ਜਿਸ ਦੇ ਮੱਦੇਨਜ਼ਰ ਕਾਂਗਰਸ ਵੱਲੋਂ ਖੇਤੀ ਬਿੱਲਾਂ ਦੇ ਵਿਰੋਧ ਦੀ ਮੁਹਿੰਮ ਦੇ ਬਹਾਨੇ ਇੱਕ ਤੀਰ ਨਾਲ ਕਈ ਨਿਸ਼ਾਨੇ ਲਾਉਂਦੀ ਰਣਨੀਤੀ ਬਣਾਈ ਗਈ ਹੈ ਡਾਕਟਰ ਚੀਮਾ ਆਪਣੀ ਜਮਾਨਤ ਵੀ ਬਚਾ ਲਵੇ ਤਾਂ ਸਿਆਸਤ ਛੱਡ ਦੇਾਂਗੇ ਢੀਂਸਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੁਵਾਰਾ ਸੁਖਬੀਰ ਬਾਦਲ ਦੀ ਅਗਵਾਈ ਵਿੱਚ ਭਾਜਪਾ ਦੇ ਨਾਲ ਗੱਠਜੋੜ ਨੂੰ ਅਲਵਿਦਾ ਕਹਿਣਾ ਕਿਸਾਨਾਂ ਦੇ ਖੇਤੀ ਬਿੱਲਾਂ ਦੇ ਖਿਲਾਫ ਕੀਤੇ ਜਾ ਰਹੇ ਸੰਘਰਸ਼ ਨੂੰ ਤਾਰੂ ਪੀੜ ਕਰਨ ਦੀ ਸਾਜ਼ਿਸ਼ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਦੀ ਇਹ ਹੀ ਆਪਸੀ ਮਿਲੀਭੁਗਤ ਹੈ ਇਹ ਗੱਲ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਪ੍ਰਧਾਨ ਸੁਖਦੇਵ ਢੀਂਡਸਾ ਨੇ ਕਹੀ ਢੀਂਡਸਾ ਨੇ ਅੱਜ 올 ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਗਰੇਵਾਲ ਦੇ ਆਯੋਜਨ ਸ਼ਾਮਲ ਵਿੱਚ ਹੋਣ ਵਾਸਤੇ ਪਹੁੰਚੇ ਸਨ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਬਣ ਕੇ ਸੋ ਕਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਨੂੰ ਪਿੱਛੇ ਪਾ ਦਿੱਤਾ ਜਦ ਕਿ ਵੱਡੇ ਬਾਦਲ ਨੂੰ ਪ੍ਰਧਾਨ ਬਣਾਉਣਾ ਚਾਹੀਦਾ ਸੀ ਮੈਂ ਕਿਹਾ ਸੀ ਸੁਖਬੀਰ ਪਾਰਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਵੇ ਪਰ ਉਹ ਨਹੀਂ ਮੰਨੇ ਉਹਨਾਂ ਨੇ ਕਿਹਾ ਕਿ ਖੇਤੀ ਆਰਡੀਨੈਂਸ ਨੂੰ ਲੈ ਕੇ ਸੁਖਬੀਰ ਬਾਦਲ ਅਤੇ ਹਰ ਸਿਮਰਤ ਬਾਦਲ ਦੁਆਰਾ ਬੀਤੇ ਦਿਨ ਦਿੱਤਾ ਗਿਆ ਧਰਨਾ ਪ੍ਰਦਰਸ਼ਨ ਕਿਸਾਨ ਪੱਖੀ ਨਾ ਹੁੰਦਾ ਹੋਇਆ ਦਿਖਾਈ ਦਿੱਤਾ ਉਹਨਾਂ ਨੇ ਕਿਸਾਨਾਂ ਦੀ ਗੱਲ ਘੱਟ ਤੇ ਪਾਰਟੀ ਦੀਆਂ ਪ੍ਰਾਪਤੀਆਂ ਬਾਰੇ ਗੁਣਵਧੇਰੇ ਗਾਏ ਉਹਨਾਂ ਨੇ ਕਿਹਾ ਖੇਤੀ ਬਿੱਲਾਂ ਦੇ ਨਾਂ ਤੇ ਧਰਨੇ ਪ੍ਰਦਰਸ਼ਨ ਦੇ ذریعے ਵਕ ਵਕ ਪਾਰਟੀਆਂ ਆਪਣੀਆਂ ਪਾਰਟੀ ਦਾ ਨਾਂ ਚਮਕਾਉਂਦੀਆਂ ਜਾਂਦੀਆਂ ਹਨ ਜਦ ਕਿ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਕੇਵਲ ਕਿਸਾਨਾਂ ਦੀ ਪਾਰਟੀ ਅਤੇ ਅਸੀਂ ਕਿਸਾਨਾਂ ਦੇ ਨਾਲ ਖਿੱਤੇ ਆ ਸੁਖਬੀਰ ਜੇਕਰ 5 ਸੀਟਾਂ ਵੀ ਜਿੱਤ ਜਾਵੇ ਤਾਂ ਵੱਡੀ ਗਣੀਮਤ ਹੋਵੇਗੀ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਜੀ ਮੈਂ ਰਾਜ ਸਭਾ ਮੈਂਬਰ ਤੋਂ ਅਸਤੀਫਾ ਦੇ ਦਵਾਂਗਾ ਤੇ ਇਹ ਸੀਟ ਕਾਂਗਰਸ ਦੇ ਹਿੱਸੇ ਵਿੱਚ ਚਲੀ ਜਾਵੇਗੀ ਹੋਰ ਅਕਾਲੀ ਦਲ ਦਾ ਐਮਪੀ ਨਹੀਂ ਬਣ ਸਕਦਾ ਢੀਂਡਸਾ ਨੇ ਕਿਹਾ ਸੁਖਬੀਰ ਬਾਦਲ ਕਹਿੰਦੇ ਹਨ ਕਿ ਉਹਨਾਂ ਦੇ ਮੱਥੇ ਤੇ ਮੁੱਖ ਮੰਤਰੀ ਦਾ ਅਹੁਦਾ ਲਿਖਿਆ ਹੋਇਆ ਜੇਕਰ ਉਹ 5 ਸੀਟਾਂ ਵੀ ਜਿੱਤ ਜਾਣ ਤਾਂ ਵੱਡੀ ਗਣਿਮਤ ਹੋਵੇਗੀ। ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੁੱਲੋ ਵੀ ਪੰਜਾਬ ਤੇ ਕਾਂਗਰਸ ਦੇ ਹਿਤੈਸ਼ੀ ਰਾਵਤ ਪੰਜਾਬ ਦੇ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਵਿਸ਼ੇਸ਼ ਗੱਲਬਾਤ ਕੀਤੀ ਪੁੱਛੇ ਜਾਣ ਤੇ ਪੂਰੀ ਕੈਬਨਿਟ ਨਹੀਂ ਮੰਗਦੇ। باوجود ਹਾਈ ਕਮਾਂਡ ਨੇ ਪ੍ਰਤਾਪ ਸਿੰਘ ਬਾਜਵਾ ਸ਼ਮਸ਼ੇਰ ਸਿੰਘ ਦੁੱਲੂ ਤੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਉਹ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਇਸ ਗੱਲ ਤੋਂ ਸਹਿਮਤ ਹਨ ਕਿ ਕੋਈ ਜਿੰਨਾ ਮਰਜ਼ੀ ਵੱਡਾ ਲੀਡਰ ਬਣ ਜਾਏ ਪਰ ਮੀਡੀਏ ਜ਼ਰੀਏ ਗੱਲ ਨਹੀਂ ਕਰਨੀ ਚਾਹੀਦੀ ਬਾਜਵਾ ਤੇ ਦੁੱਲੋਂ ਨੂੰ ਵੀ ਪੰਜਾਬ ਤੇ ਕਾਂਗਰਸ ਦੇ ਹਤਾਇਸ਼ੀ ਹਨ ਪਾਰਟੀ ਵਰਕਰਾਂ ਦਾ ਕੰਮ ਪਾਰਟੀ ਨੂੰ ਮਜ਼ਬੂਤ ਕਰਨ ਵਾਲਾ ਹੋਵੇ ਪਾ ਕਮਜ਼ੋਰੀਆਂ ਕੱਢਣ ਦਾ ਨਹੀਂ ਹੋਣਾ ਚਾਹੀਦਾ ਦੋਵੇਂ ਲੀਡਰ ਸੁਝਾ ਤੇ ਸਿਆਸੀ ਕਾਰਨਾ ਕਰਕੇ भेजे ਜਾਣ ਵਾਲੇ ਪੱਤਰ ਦੇ ਫਰਕ ਨੂੰ ਸਮਝਦੇ ਹਨ ਮੁੱਖ ਮੰਤਰੀ ਨੂੰ ਸੁਝਾ ਦੇਣ ਹਰ ਕਾਂਗਰਸੀ ਦਾ ਅਧਿਕਾਰ ਹੈ ਮੁੱਖ ਮੰਤਰੀ ਨੂੰ ਸੁਝਾ ਦੇਣਾ ਤਾਂ ਹਰ ਕਾਂਗਰਸੀ ਦਾ ਅਧਿਕਾਰ ਹੈ रावत ਨੇ ਕਿਹਾ ਕਿ ਕੈਪਟਨ ਵਿਰੋਧੀਆਂ ਨੂੰ ਇਕੱਠਾ ਕਰਨ ਨਾਲ ਮੁੱਖ ਮੰਤਰੀ ਖਿਲਾਫ ਧੜੇਬੰਦੀ ਨਹੀਂ ਵਧੇਗੀ ਉਹਨਾਂ ਨੇ ਕਿਹਾ ਕਿ ਉਹ ਇੱਕ ਲੋਕਤੰਤਰੀ ਪਾਰਟੀ ਦਾ ਹਿੱਸਾ ਹਰ ਆਗੂ ਆਪਣੀ رائے ਹੋ ਸਕਦੀ ਆ ਤੇ ਪਰ ਸਾਰਿਆਂ ਦਾ ਟੀਚਾ ਕਾਂਗਰਸ ਨੂੰ 2022 ਵਿੱਚ ਦੁਬਾਰਾ ਸੱਤਾ ਦੇ ਵਿੱਚ ਲਿਆਉਣਾ ਹੈ ਪੁਲਿਸ ਨੇ ਕੋਵਿਡ-19 ਦੇ ਚੱਲਦਿਆਂ ਬੰਦ ਆਈਲੈਂਡ ਸੈਂਟਰਾਂ ਅੰਦਰ ਚੱਲ ਰੀਆਂ ਕਲਵਾਸਾ ਕਲਾਸਾਂ ਕਰਵਾਈਆਂ ਬੰਦ ਬੁੱਢਲਾਡਾ ਸਥਾਨਿਕ ਸ਼ਹਿਰ ਦੇ ਅੰਦਰ ਕਰੋਨਾ ਮਹਾਮਾਰੀ ਦੀ ਲਾਗ ਦੀ ਬਿਮਾਰੀ ਨੂੰ ਫੈਲਾਉਣ ਦੇ ਲਈ ਕੁਝ ਆਈਲੈਂਡ ਸੈਂਟਰ ਬੰਦ ਮੁੱਖ ਗੇਟਾਂ ਦੇ ਅੰਦਰ ਪੜਾਉਣ ਵਿੱਚ ਰੁੱਝੇ ਹੋਏ ਸਨ ਜਿਸ ਦੇ ਚੱਲਦਿਆਂ ਅੱਜ ਪੰਜਾਬ ਵਿੱਚ ਇਸ ਖਬਰ ਦੇ ਅਸਰ ਤੋਂ ਬਾਅਦ ਪੁਲਿਸ ਨੇ ਸ਼ਹਿਰ ਦੇ ਵੱਖ-ਵੱਖ ਸੈਂਟਰਾਂ ਵਿੱਚ ਛਾਪੇਮਾਰੀ ਕੀਤੀ ਜਿੱਥੇ ਵਿਦਿਆਰਥੀਆਂ ਨੂੰ ਉਹਨਾਂ ਦੇ ਆਪਣੇ ਆਪਣੇ ਘਰੇ ਭੇਜ ਦਿੱਤਾ ਤੇ ਸੈਂਟਰ ਮਾਲਕਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਤੇ ਡੀਐਸਪੀ ਬਲਜਿੰਦਰ ਸਿੰਘ ਪੰਨੂ ਨੇ ਦੱਸਿਆ ਕਿ ਅੱਜ ਸਵੇਰੇ ਸਿਟੀ ਪੁਲਿਸ ਦੇ ਵੱਲੋਂ ਵੱਖ-ਵੱਖ ਹਾਈਲੈਂਡ ਸੈਂਟਰਾਂ ਦੇ ਛਾਪੇਮਾਰੀ ਕੀਤੀ ਗਈ ਜਿੱਥੇ ਵਿਦਿਆਰਥੀਆਂ ਨੂੰ ਕੋਚਿੰਗ ਦਿੱਤੀ ਜਾ ਰਹੀ ਸੀ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਹੈ ਜੀ ਚੰਡੀਗੜ੍ਹ ਹਵਾਈ ਅੱਡੇ ਤੋਂ ਕੈਨੇਡਾ ਅਮਰੀਕਾ ਯੂਰਪਾ ਤੇ ਆਸਟ੍ਰੇਲੀਆ ਦੇ ਲਈ ਜਲਦ ਹੋਣਗੀਆਂ ਸਿੱਧੀਆਂ ਉਡਾਨਾਂ ਸ਼ੁਰੂ ਪੂਰੀ ਸੈਕਟਰ 37 ਸਥਿਤ ਭਾਰਤੀ ਜਨਤਾ ਪਾਰਟੀ ਦਫ਼ਤਰ ਦੇ ਵਿੱਚ ਪਾਰਟੀ ਨੇਤਾਵਾਂ ਦੇ ਨਾਲ ਖੇਤੀ ਕਾਨੂੰਨਾਂ ਬਾਰੇ ਸਰਕਾਰ ਦਾ ਪੱਖ ਸਾਂਝਾ ਕਰਨਾ ਹੈ ਨਾਗਰਿਕ ਹਵਾ ਬਾਜੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਚੰਡੀਗੜ੍ਹ ਇੰਟਰਨੈਸ਼ਨਲ ਹਵਾਈ ਅੱਡੇ ਤੋਂ ਫਲਾਈਟਾਂ ਦੀ ਕਨੈਕਟੀਵਿਟੀ ਵਧਾਉਣ ਦੇ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਪੁਰੀ ਨੇ ਦੱਸਿਆ ਕਿ ਉਹਨਾਂ ਦਾ ਦਾਵਾ ਹੈ ਕਿ ਚੰਡੀਗੜ੍ਹ ਇੰਟਰਨੈਸ਼ਨਲ 에ਅਰਪੋਰਟ ਤੋਂ ਸਿੱਧੀ ਹੀ ਅਮਰੀਕਾ ਆਸਟ੍ਰੇਲੀਆ ਕੈਨੇਡਾ ਯੂਰਪ ਦੇ ਲਈ ਸਿੱਧੀਆਂ ਫਲਾਈਟਾਂ ਸ਼ੁਰੂ ਹੋਣਗੀਆਂ ਉਹਨਾਂ ਨੇ ਕਿਹਾ ਇਸ ਸਬੰਧੀ ਹਵਾ ਬਾਜ਼ੀ ਕੰਪਨੀਆਂ ਨਾਲ ਗੱਲ ਕਰਨਗੇ ਉਹਨਾਂ ਨੂੰ ਫਲਾਈਟਾਂ ਸ਼ੁਰੂ ਕਰਵਾਉਣ ਦੇ ਲਈ ਪ੍ਰੇਰਿਤ ਕਰਨਗੇ ਇਸ ਦੇ ਨਾਲ ਹੀ ਛੇਤੀ ਹੀ ਇੱਕ ਬੈਠਕ ਸੱਦੀ ਜਾਵੇਗੀ ਜਿਸ ਦੇ ਵਿੱਚ 에어ਪੋਰਟ ਮੈਨੇਜਮੈਂਟ ਪ੍ਰਸ਼ਾਸਨ ਅਤੇ ਪਾਰਟੀ ਨੇਤਾਵਾਂ ਨੂੰ ਸ਼ਾਮਲ ਕੀਤਾ ਜਾਵੇਗਾ ਪੀੜਤ ਪਰਿਵਾਰ ਨੂੰ ਮਿਲੇ ਰਾਹੁਲ ਅਤੇ ਪ੍ਰਿਆੰਕਾ ਗਾਂਧੀ ਗਲੇ ਨਾਲ ਲਾ ਕੇ ਵੰਡਿਆ ਦੁੱਖ ਦਰਦ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਅਤੇ ਪ੍ਰਿੰਕਾ ਗਾਂਧੀ ਸ਼ਨੀਵਾਰ ਸ਼ਾਮ ਨੂੰ ਹਾਥਰਾਸ ਪਹੁੰਚੇ ਅਤੇ ਦਰਿੰਦਿਆਂ ਦੀ ਸ਼ਿਕਾਰ ਹੋਈ 19 ਸਾਲਾ ਲੜਕੀ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ ਰਾਹੁਲ ਅਤੇ ਪ੍ਰਿੰਕਾ ਨੇ ਪੀੜਤ ਦੇ ਭਰਾ ਪਿਤਾ ਤੇ ਮਾਂ ਨਾਲ ਕਾਫੀ ਸਮੇਂ ਤੋਂ ਬੰਦ ਕਮਰੇ ਵਿੱਚ ਗੱਲਬਾਤ ਕੀਤੀ ਇਸ ਦੌਰਾਨ ਉਹਨਾਂ ਦੇ ਨਾਲ ਕਾਂਗਰਸੀ ਨੇਤਾ ਅੰਦੀਰ ਰਣਜਨ ਚੌਧਰੀ ਵੀ ਮੌਜੂਦ ਸਨ ਪੀੜਤ ਪਰਿਵਾਰ ਦੇ ਨਾਲ ਮੁਲਾਕਾਤ ਦੌਰਾਨ ਪ੍ਰਿੰਕਾ ਗਾਂਧੀ ਨੇ ਪੀੜਤ ਦੀ ਮਾਂ ਨੂੰ ਗਲੇ ਨਾਲ ਲਾਇਆ ਤੇ ਦੁੱਖ ਸਾਂਝਾ ਕਰਨ ਦੀ ਕੋਸ਼ਿਸ਼ ਕੀਤੀ ਪੀੜਤ ਪਰਿਵਾਰ ਦੇ ਘਰ ਦੇ ਬਾਹਰ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਜਦੋਂ ਰਾਹੁਲ ਅਤੇ ਪ੍ਰਿੰਕਾ ਹਾਥਰਾਸ ਦੇ ਲਈ ਰਵਾਨਾ ਹੋਏ ਤਾਂ ਉਹਨਾਂ ਨੂੰ ਇੱਕ ਵਾਰ ਫਿਰ ਡੀਐਨਡੀ ਤੇ ਰੋਕ ਦਿੱਤਾ ਗਿਆ ਪਰ ਉਹਨਾਂ ਨੇ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਯੂਪੀ ਸਰਕਾਰ ਨੇ ਪੰਜ ਲੋਕਾਂ ਨੂੰ ਹਾਥਰਾਸ ਜਾਣ ਦੀ ਆਗਿਆ ਦੇ ਦਿੱਤੀ ਰਾਹੁਲ ਦੀ ਫੇਰੀ ਕਰਵਾਏਗੀ ਪੰਜਾਬ ਦੇ ਲੋਕਾਂ ਨੂੰ ਮੁੱਖ ਮੰਤਰੀ ਦੇ ਦਰਸ਼ਨ ਸੋ ਕਾਂਗਰਸੀ ਬਿੱਲਾਂ ਦੇ ਵਿਰੋਧ ਵਿੱਚ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਨੂੰ ਲੈ ਕੇ ਕਾਂਗਰਸੀ ਅਤੇ ਪੰਜਾਬ ਸਰਕਾਰ ਪੱਬਾ ਪਾਰ ਇੱਕ ਵਾਰ ਫਿਰ ਰਾਹੁਲ ਗਾਂਧੀ ਦੇ ਦੌਰੇ ਦਾ ਅਸਰ ਹੈ ਕਿ ਜਦੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਫੀ ਸਮੇਂ ਦੇ ਬਾਅਦ ਚੰਡੀਗੜ੍ਹ ਤੋਂ ਬਾਹਰ ਆ ਕੇ ਪੰਜਾਬ ਦੇ ਲੋਕਾਂ ਵਿੱਚ ਵਿਚਰਨਗੇ ਉਂਝ ਮਹਾਮਾਰੀ ਦੇ ਚੱਲਦਿਆਂ ਅਮਰਿੰਦਰ ਸਿੰਘ ਵੱਲੋਂ ਆਨਲਾਈਨ ਹੀ ਲੋਕਾਂ ਦੇ ਨਾਲ ਰਾਬਤਾ ਕਾਇਮ ਕੀਤਾ ਜਾਂਦਾ ਇਧਰ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਮਨਿੰਦਰ ਸਿੰਘ ਨੂੰ ਸਵਾਲ ਕਰਨਗੇ ਕਿ ਉਹਨਾਂ ਵੱਲੋਂ ਕੀਤੇ ਗਏ ਵਾਅਦੇ ਕਿੱਥੇ ਹਨ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਤੇ ਹੋਰਨਾ ਵਰਗਾਂ ਜਿਹੜੇ ਕਿ ਸੜਕਾਂ ਤੇ ਉਤਰ ਆਏ ਹਨ ਇਹਨਾਂ ਬਿੱਲਾਂ ਦੇ ਵਿਰੁੱਧ ਰਾਹੁਲ ਗਾਂਧੀ ਵੱਲੋਂ ਪੰਜਾਬ ਅੰਦਰ ਟਰੈਕਟਰ ਮਾਰਚ ਦਾ ਪ੍ਰੋਗਰਾਮ ਲਿਖਿਆ ਹੈ ਤਾਂ ਜੋ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਕਾਲੇ ਕਾਨੂੰਨਾਂ ਦੇ ਵਿਰੁੱਧ ਪੰਜਾਬ ਦੇ ਲੋਕਾਂ ਵਿੱਚ ਆ ਰਹੇ ਵਿਰੋਧ ਦੀ ਆਵਾਜ਼ ਨੂੰ ਬੁਲੰਦ ਕੀਤਾ ਜਾ ਸਕੇ ਭਾਜਪਾ ਦੇ ਸਾਬਕਾ ਸੰਸਦ ਨੂੰ ਚੈੱਕ ਬਾਉਂਸ ਮਾਮਲੇ 'ਚ 2 ਸਾਲ ਦੀ ਕੈਦ 2.97 ਕਰੋੜ ਜੁਰਮਾਨਾ ਗੁਜਰਾਤ ਦੇ ਗਾਂਦੀਨਗਰ ਦੀ ਇੱਕ ਅਦਾਲਤ ਨੇ ਸ਼ਨੀਵਾਰ ਨੂੰ ਭਾਜਪਾ ਦੇ ਇੱਕ ਸੰਸਦ ਮੈਂਬਰ ਨੂੰ ਚੈੱਕ ਬਾਉਂਸ ਦੇ ਮਾਮਲੇ ਦੇ ਵਿੱਚ 2 ਸਾਲ ਦੀ ਸਜ਼ਾ ਸੁਣਾਈ ਤੇ 2.97 ਕਰੋੜ ਰੁਪਏ ਦਾ ਜੁਰਮਾਨੇ ਦੀ ਵੀ ਸਜ਼ਾ ਸੁਣਾ ਦਿੱਤੀ ਜੁਰਮਾਨਾ ਦਾ ਕਰਨ 'ਚ ਅਸਫਲ ਹੋਣ ਤੇ 3 ਮਹੀਨਿਆਂ ਦੀ ਹੋਰ ਜੇਲ੍ਹ ਦੀ ਸਜ਼ਾ ਭੁਗਤ ਨਹੀਂ ਹੋਵੇਗੀ ਦੱਸਣਯੋਗ ਹੈ ਕਿ ਇਹ ਕੇਸ 14,85,000 ਰੁਪਏ ਦੇ ਚੈੱਕ ਬਾਉਂਸ ਹੋਣ ਦੇ ਨਾਲ ਸੰਬੰਧਿਤ ਹੈ ਪ੍ਰਿੰਸੀਪਲ ਸੀਨੀਅਰ ਸਿਵਲ ਜੱਜ ਡੀ ਐਸ ਠਾਕੁਰ ਨੇ ਇਹ ਆਦੇਸ਼ ਦਿੱਤਾ ਕਿ ਸੁਰੇਂਦਰ ਨਗਰ ਦੇ ਸੰਸਦ ਮੈਂਬਰ ਦੇਵਜੀ ਫਤੇਪੁਰਾ 2 ਲੱਖ 2 ਕਰੋੜ 97 ਲੱਖ 10,000 ਰੁਪਏ ਦਾ ਜੁਰਮਾਨਾ ਅਦਾ ਕਰਨ ਵਿੱਚ ਸਮਰੱਥ ਰਹਿੰਦੇ ਤਾਂ ਉਹਨਾਂ ਦੀ ਕੈਦ ਦੀ ਸਜ਼ਾ ਜਿਹੜੀ ਉਹ ਵਧਾ ਦਿੱਤੀ ਜਾਵੇਗੀ ਉਸ ਤੋਂ ਬਾਅਦ ਅਗਲੀ ਖਬਰ ਆ ਆਲੂ ਵਪਾਰੀਆਂ ਤੇ ਪੈਣ ਲੱਗਾ ਹੈ ਮੰਡੀ ਬੋਰਡ ਦੀ ਦੌੜੀ ਮਾਰ ਸਟੋਰਾਂ 'ਚੋਂ ਪਏ ਆਲੂ ਦੀ ਵਸੂਲੀ ਜਾ ਰਹੀ ਆ ਮਾਰਕੀਟ ਫੀਸ ਜਿੱਥੇ ਕੇਂਦਰ ਦੀ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੁੱਧ ਦੇਸ਼ ਦੀ ਕਿਸਾਨੀ ਅਤੇ ਛੋਟੇ ਵਰਗ ਦੇ ਵਪਾਰੀਆਂ ਨੂੰ ਸੰਘਰਸ਼ ਕਰਨ ਦੇ ਲਈ ਮਜਬੂਰ ਕਰ ਦਿੱਤਾ ਗਿਆ ਉੱਥੇ ਹੀ ਪੰਜਾਬ ਮੰਡੀ ਬੋਰਡ ਦੇ ਵੱਲੋਂ ਆਲਵਾਂ ਦੇ ਛੋਟੇ ਵਪਾਰ ਕਰਨ ਵਾਲੇ ਵਪਾਰੀ ਉੱਤੇ ਮਾਰਕੀਟ ਫੀਸ ਦੀ ਦੂਰੀ ਮਾਰ ਪੈਣ ਲੱਗ ਪਈਆ ਕਿਉਂਕਿ ਮਾਰਕੀਟ ਕਮੇਟੀ ਵੱਲੋਂ ਹੁਣ ਸਟੋਰਾਂ ਦੇ ਵਿੱਚ ਪਏ ਆਲੂ ਤੇ ਵੀ ਮਾਰਕੀਟ ਫੀਸ ਲੈਣ ਦੇ ਲਈ ਛਾਪੇਮਾਰੀ ਕੀਤੀ ਜਾ ਰਹੀਆ ਆਲੂ ਸਬਜ਼ੀ ਮੰਡੀ ਵਿੱਚ ਵਿਕਣ ਤੇ ਮਾਰਕੀਟ ਕਮੇਟੀ ਵੱਲੋਂ 1 ਫੀਸ ਦੀ ਮਾਰਕੀਟ ਫੀਸ ਤੇ 1 ਫੀਸ ਦੀ ਆਰਡੀਐਫ ਫੀਸ ਲਈ ਜਾਂਦੀ ਪਰ ਹੁਣ ਭਾਅ ਵਿੱਚ ਆਈ ਤੇਜ਼ੀ ਮੰਡੀ ਬੋਰਡ ਦੇ ਛਾਪਿਆਂ ਕਰਕੇ ਪਿਛਲੇ 2-3 ਦਿਨਾਂ ਤੋਂ ਕੋਈ ਗਾਹਕ ਨਾ ਆਉਣ ਤੇ ਕਿਸਾਨਾਂ ਦੇ ਵਿੱਚ ਕਬਰ ਆਟ ਪੈਦਾ ਹੁਣ ਲੱਗ ਪਈ ਕਿਉਂਕਿ 2016 ਤੋਂ ਬਾਅਦ ਆਲੂਆਂ ਦੇ ਭਾਅ ਵਿੱਚ ਆਈ ਲੋੜ ਤੋਂ ਜ਼ਿਆਦਾ ਮੰਦੀ ਨੇ ਆਲੂ ਉਤਪਾਦਕਾਂ ਤੇ ਵਪਾਰੀਆਂ ਨੂੰ ਸੜਕਾਂ ਤੇ ਆਉਣ ਦੇ ਲਈ ਮਜਬੂਰ ਕਰ ਦਿੱਤਾ ਸੀ ਜਿਸ ਦੇ ਨਾਲ ਆਲੂ ਉਤਪਾਦਕਾਂ ਨੂੰ ਆਲੂ ਵਪਾਰੀਆਂ ਨੂੰ ਤੇ ਆਲੂਆਂ ਦੇ ਵਿੱਚ ਪਾਏ ਘਾਟਿਆਂ ਨੂੰ ਆਲੂਆਂ ਦੀ ਖੇਤੀ ਕਰਨ ਤੇ ਵਪਾਰ ਕਰਨ ਤੋਂ ਕਿਨਾਰਾ ਕਰ ਗਏ ਸੀ ਹਾਥਰਾਸ ਜ਼ਬਰਜਨਾਹ ਕਾਂਡ ਦੀ ਹੋਵੇਗੀ सीबीआई ਜਾਂਚ ਮੁੱਖ ਮੰਤਰੀ ਯੋਗੀ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ यूपी ਦੇ ਬੂਲਗੜੀ ਪਿੰਡ ਵਿੱਚ ਲੜਕੀ ਦੀ ਮੌਤ ਦੇ ਕਾਰਨ ਉੱਠ ਰਿਹਾ ਤੂਫਾਨ ਦੇ ਮੰਦੰਨਜਰ ਸੂਬਾ ਸਰਕਾਰ ਨੇ ਮਾਮਲੇ ਦੀ ਸੀਬੀਆਈ ਜਾਂਚ ਕਰਵਾਉਣ ਦੀ ਫੈਸਲਾ ਕੀਤਾ ਤੇ ਮੁੱਖ ਮੰਤਰੀ ਜੋਗੀ ਅਦਿੱਤਿਆਨਾਥ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਇਸ ਤੋਂ ਪਹਿਲਾਂ ਦਿਨ ਸੂਬੇ ਦੇ ਵਿੱਚ ਉਪਰਮੁਖ 77 ਅਸ਼ਵਨ ਅਵਨੀਸ਼ अवस्थी ਅਤੇ ਡੀਜੀਪੀ ਅਹਤੇਸ਼ ਚੰਦਰ अवस्थी ਪੀੜਤ ਪਰਿਵਾਰ ਦੇ ਘਰ ਪੁੱਜੇ ਸਨ ਕਿ ਖੇਤੀ ਕਾਨੂੰਨਾਂ ਨੂੰ ਸੂਬਾ ਸਰਕਾਰ ਆਪਣੇ ਪੱਧਰ ਤੇ ਰੱਦ ਕਰ ਸਕਦੀਆਂ ਹਨ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਾਂਗਰਸ ਦੀ ਅਗਵਾਈ ਵਾਲੀ ਸੂਬਾ ਸਰਕਾਰਾਂ ਨੂੰ ਕਿਹਾ ਕਿ ਉਹ ਸੰਵਿਧਾਨ ਦੀ ਧਾਰਾ 254 ਦੋ ਦੇ ਆਦੀਨ ਸਥਾਨਕ ਕਾਨੂੰਨ ਬਨਵਾਨ ਜਿਸ ਦੇ ਨਾਲ ਖੇਤੀਬਾੜੀ ਕਾਨੂੰਨਾਂ ਨੂੰ ਬੇਅਸਰ ਕੀਤਾ ਜਾ ਸਕੇ ਕਾਂਗਰਸ ਦੇ ਆਗੂਆਂ ਨੇ ਸੰਵਿਧਾਨ ਵਿੱਚ ਇਹ ਧਾਰਾ ਦਾ ਜ਼ਿਕਰ ਕਰਦੇ ਹੋਏ ਸਾਬਕਾ ਕੇਂਦਰੀ ਮੰਤਰੀ ਅਰਣ ਜਟਲੀ ਦਾ ਵੀ ਹਵਾਲਾ ਦਿੱਤਾ ਹੈ ਕਿ ਜੇਤਲੀ ਨੇ 2013 ਵਿੱਚ ਆਪਣੇ ਬਲਾਗ ਦੇ ਵਿੱਚ ਸਵਿਧਾਨ ਦੀ ਸਵਿਧਾਨ ਦੀ ਇਸ ਧਾਰਾ ਦਾ ਜ਼ਿਕਰ ਕੀਤਾ ਸੀ ਸੋ ਦੋਸਤੋ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਆ ਰਹੀ ਆ ਹਾਈ ਕੋਰਟ ਦੀ ਅਨੋਖੀ ਸ਼ਰਤ ਬੂਟੇ ਲਾ ਕੇ 2 ਸਾਲਾਂ ਤੱਕ ਕਰੋ ਦੇਖਪਾਲ ਤਾਂ ਹੀ ਰਹੇਗੀ ਪੇਸ਼ਗੀ ਜ਼ਮਾਨਤ ਬਹਾਲ कोरोना ਦੌਰਾਨ ਆਪਣੀ ਡਿਊਟੀ ਨਿਭਾ ਰਹੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਤੇ ਰੋਕਣ ਵਾਲੇ ਪੁਲਿਸ ਮੁਲਾਜ਼ਮਾਂ ਤੇ ਪੱਥਰ ਸੁੱਟਣ ਦੀ ਉਕਸਾਣ ਤੇ ਦੋਸ਼ੀ ਨੂੰ ਹਾਈ ਕੋਰਟ ਵਿੱਚ ਇੱਕ ਅਨੋਖੀ ਸ਼ਰਤ ਤੇ ਜ਼ਮਾਨਤ ਦਿੱਤੀ ਗਈ ਹੈ ਜਿਸ ਦੇ ਮੁਤਾਬਕ ਉਸ ਦੀ ਪੇਸ਼ਗੀ ਜ਼ਮਾਨਤ ਉਦੋਂ ਤੱਕ ਰਹੇਗੀ ਜਦੋਂ ਤੱਕ ਉਹ 10 ਬੂਟੇ ਲਾ ਕੇ 2 ਸਾਲ ਤੱਕ ਉਹਨਾਂ ਦੀ ਦੇਖਭਾਲ ਕਰਦਾ ਰਹੇਗਾ ਪਟੀਸ਼ਨ ਵਿੱਚ ਦਾਖਲ ਕਰਦੇ ਹੋਏ ਤਰਮਿੰਦਰ ਨੇ ਦੱਸਿਆ ਕਿ ਐਫ ਆਈ ਆਰ ਦੇ ਅਨੁਸਾਰ 18 ਮਈ ਨੂੰ ਸਰੰਗਪੁਰ ਤੋਂ ਲੋਕ ਇਕੱਠੇ ਹੋਏ ਉਹਨਾਂ ਨੂੰ ਘਰਾਂ ਤੋਂ ਬਾਹਰ ਜਾਣ ਤੋਂ ਰੋਕਣ ਦੇ ਵਿਰੋਧ ਕਰ ਰਹੇ ਸਨ ਤੇ ਸੰਕਟ ਕਾਰਨ ਪੁਲਿਸ ਨੇ ਉਹਨਾਂ ਨੂੰ ਇਸ ਲਈ ਰੋਕਿਆ ਸੀ ਇਸ ਦੌਰਾਨ ਪੈਟ੍ਰੋਲਿੰਗ ਕਰਨ ਵਾਲੀ ਪੁਲਿਸ ਪਾਰਟੀ ਉੱਥੇ ਪਹੁੰਚੀ ਤੇ ਪਟੀਸ਼ਨ ਕਰਤਾ ਦੇ ਹੋਰਨਾਂ ਨੇ ਭੀੜ ਨੇ ਪੁਲਿਸ ਤੇ ਪੱਥਰ ਮਾਰਨ ਦੇ ਲਈ 扑ਕਾਇਆ ਇਸ ਕਾਰਨ ਪੁਲਿਸ ਨੇ ਮੁਲਾਜ਼ਮਾ ਜਿਹੜੇ ਉਹ ਜ਼ਖਮੀ ਹੋ ਗਏ ਸੱਤਾ ਦੇ ਬਹੁਮਤ ਦੇ غرੂਰ ਤੋਂ ਆਈ ਮੋਦੀ ਸਰਕਾਰ ਦੇ ਹੱਥ ਭੰਨਣ ਲਈ ਕਰਾਂਗੇ ਲੰਬਾ ਸੰਘਰਸ਼ ਹਰ ਸਿਮਰਤ ਬਾਦਲ ਖੇਤੀ ਵਿਰੁੱਧ ਆਏ ਤਿੰਨ ਕਾਨੂੰਨਾਂ ਦੇ ਵਿਰੋਧ ਵਿੱਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਕਿਸਾਨਾਂ ਦੇ ਹੱਕ ਵਿੱਚ ਨਿੱਤਰੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਰਾਸ਼ਟਰਪਤੀ ਦੇ ਨਾਂ ਤੇ ਮੰਗ ਪੱਤਰ ਦਿੱਤੇ ਜਾਣ ਲਈ ਚੰਡੀਗੜ੍ਹ ਦਾ ਪ੍ਰੋਗਰਾਮ ਉਲੀਕਿਆ ਹੋਇਆ ਸੀ ਜਿਸ ਦੀ ਅਗਵਾਈ ਕੈਬਨਿਟ ਮੰਤਰੀ ਹਰ ਸਿਮਰਤ ਕੌਰ ਬਾਦਲ ਕਰ ਰਹੇ ਸਨ ਸਕੂਲ ਫੀਸਾਂ ਵਿੱਚ 25% ਦੀ ਹੋਰ ਫੀਸ ਵਿੱਚ 100% ਦੀ ਕਟੌਤੀ ਦਾ ਇਸ ਸੂਬੇ ਨੇ ਸਰਕਾਰ ਨੇ ਕੀਤਾ ਐਲਾਨ ਸੋ ਕੋਵਿਡ-19 ਮਹਾਮਾਰੀ ਦੇ ਚੱਲਦੇ ਵਿਦਿਕ ਅਦਾਰਿਆਂ ਦੇ ਵੱਲੋਂ ਆਰਥਿਕ ਤੰਗੀ ਦੇ ਗਤੀਵਿਧੀਆਂ ਦੇਖਦੇ ਹੋਏ ਬੱਚਿਆਂ ਦੀ ਸਕੂਲ ਫੀਸ ਦੀ ਕਟੌਤੀ ਦਾ ਜਿਹੜਾ ਐਲਾਨ ਕਰ ਦਿੱਤਾ ਹੈ ਖੇਤੀ ਬਿੱਲ 2020 ਜਾਣੋ ਕਿੱਥੇ-ਕਿੱਥੇ ਦੇਣਗੇ ਦਿਨ ਰਾਤ ਦੇ ਕਿਸਾਨ ਪੱਕੇ ਧਰਨੇ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਖੇਤਰ ਦੇ ਵਿੱਚ ਪਿੰਡ ਦੇਵੀਦਾਸਪੁਰਾ ਵਿੱਚ ਰੇਲਵੇ ਟਰੈਕ ਤੇ ਕਿਸਾਨਾਂ ਵੱਲੋਂ ਨਿਰੰਤਰ ਧਰਨਾ ਦਿੱਤਾ ਜਾ ਰਿਹਾ 8ਵੇਂ ਦਿਨ ਦੇ ਵਿੱਚ ਦਾਖਲ ਹੋ ਗਿਆ ਫਿਰੋਜ਼ਪੁਰ ਦੇ ਕਿਸਾਨਾਂ ਨੇ ਪਹਿਲਾਂ ਹੀ ਟਰੈਕ ਤੇ ਧਰਨਾ ਲਾ ਦਿੱਤਾ ਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਿਸਾਨਾਂ ਵੱਲੋਂ ਧਰਨੇ ਦਿੱਤੇ ਜਾ ਰਹੇ ਹਨ ਅੱਜ ਕਿਸਾਨਾਂ ਨੇ ਕਿਸੇ ਅੰਬਾਨੀ ਆਂਡਾਨੀ ਕਾਰਪੋਰੇਟ ਕਰੰਦੇ ਪੁਤਲੇ ਵੀ ਸਾੜੇ ਤੇ ਕਿਸਾਨਾਂ ਨੇ ਕੇਂਦਰ ਸਰਕਾਰ ਖਿਲਾਫ ਰੱਜ ਕੇ ਨਾਰੇਬਾਜ਼ੀ ਵੀ ਕੀਤੀ ਸੋ ਦੋਸਤੋ ਇਹ ਸਨ ਸੂਬੇ ਪੰਜਾਬ ਦੀਆਂ ਮਤੇ ਖਾਸ ਖਬਰਾਂ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ